ਹੈਲੋ ਐਵਰੀਵਨ, ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਵੈਲਕਮ ਟੂ ਮਾਈ ਯੂਟਿਊਬ ਚੈਨਲ। ਅਗਰ ਤੁਸੀਂ ਇੱਥੇ ਨਵੇਂ ਤਾਂ ਪਹਿਲਾਂ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰੋ, ਸਬਸਕ੍ਰਾਈਬ ਸਬਸਕ੍ਰਾਈਬ ਨਹੀਂ, ਸਬਸਕ੍ਰਾਈਬ ਸਸ ਸਬ ਸਬ ਕੁਟਨੀ ਫਿਲਮ ਆ ਰਹੀ ਨਾਲ ਪ੍ਰਮੋਸ਼ਨ ਕਰ ਰਹੇ ਪਹਿ ਪਹਿ ਕਰਾ ਕੇ ਆਪਾਂ ਇਹ ਪਿੱਛੇ ਵੌਇਸ ਓਵਰ ਦੇ ਰਹੇ ਨੇ ਆਪਣੇ ਗਗਨ ਜੀ, ਗਗਨਦੀਪ ਢਿੱਲੋ ਤੇ ਅੱਜ ਆਪਣੀ ਜੱਸੂ ਦਾ ਬਰਥਡੇ ਆ, ਜਸ ਕੌਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋਗੇ। ਤੇ ਆਪਾਂ ਉਹਨਾਂ ਦੇ ਬਰਥਡੇ ਦੀ ਕਰ ਰਹੇ ਸੀ ਪਲੈਨਿੰਗ, ਬਟ ਉਹਨਾਂ ਨੇ ਸਾਨੂੰ ਇੰਨੀ ਸੁਸਤੀ ਪਾਤੀ ਨਾ ਇੱਥੇ ਲਿਆ ਕੇ, ਉਹਨਾਂ ਦਾ ਅੱਜ ਲੇਜ਼ਰ ਟ੍ਰੀਟਮੈਂਟ ਸੀ ਤੇ ਸਾਨੂੰ ਵੀ ਬਿਠਾਇਆ ਹੋਇਆ 4 ਘੰਟੇ ਤੋਂ। ਤੇ ਹੁਣ ਫਾਈਨਲੀ ਬਸ ਆਪਾਂ 7:30 ਹੋ ਚੱਲੇ ਨਾ, ਆਪਾਂ ਹੁਣ ਫ੍ਰੀ ਹੋ ਕੇ ਚੱਲੇ ਹਾਂ। ਤੇ ਹੱਲੇ ਮੈਡਮ ਨੇ ਆਪਣੀ ਆਊਟਫਿਟ ਲੈਣੀ ਆ ਜ਼ਾਰਾ ਤੋਂ, ਚੰਡੀਗੜ੍ਹ ਜਾਣਾ ਉਹ ਵੀ ਇਸ ਟਾਈਮ 12:30 ਤੱਕ। ਤੇ ਹੱਲੇ ਕਿਸੇ ਨੇ ਕੋਈ ਤਿਆਰੀ ਨਹੀਂ ਕੀਤੀ, ਮੈਂ ਹੀ ਕਰਨੀ ਸੀ ਤੇ ਮੈਨੂੰ ਨਾਲ ਘੜੀਸਿਆ ਹੋਇਆ। ਤੇ ਆਪਾਂ ਆ ਕੇ ਹੁਣ ਗੱਡੀ ਦੇ ਵਿੱਚ ਸਾਰੀ ਡੈਕੋਰੇਸ਼ਨ ਵਗੈਰਾ ਕਰਾਂਗੇ, ਬਾਕੀ ਦੇਖਦੇ ਹਾਂ ਕਿੱਦਾਂ ਦਾ ਮੰਨਦਾ ਬਰਥਡੇ। ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਕਿ ਵਧੀਆ ਹੋਵੇ। ਬੋਲੋ ਬਸ ਯਾਰ, ਮੈਨੂੰ ਚਾਬੀ ਦੇ ਕੇ ਥੋੜੀ ਛੱਡਿਆ ਵਾ, ਮੈਨੂੰ ਕੋਈ ਗਾਈਡ ਨਹੀਂ ਆਉਂਦੀ, ਮੈਂ ਕੀ ਕਰਾਂ। ਹੈਪੀ ਬਰਥਡੇ ਟੂ ਯੂ, ਥੈਂਕ ਯੂ। ਹਲੇ ਸਟਾਰਟ ਹੋਣਾ ਆ ਤੇ ਹੁਣ ਅਸੀਂ ਆਏ ਸੀਗੇ ਅਲਾਂਟੇ ਮਾਲ, ਇਹਨਾਂ ਦੀ ਡਰੈਸ ਦੇਖਣ ਜੋ ਕਿ ਸਾਨੂੰ ਨਹੀਂ ਮਿਲੀ। ਤੇ ਹੁਣ ਅਸੀਂ ਪੀਣ ਲੱਗੇ ਕੌਫੀ, ਕਿਉਂਕਿ ਇਹਨਾਂ ਨੇ ਸਾਨੂੰ ਜਿੰਨੀ ਵੇਟ ਕਰਾਈ ਆ ਨਾ ਉੱਥੇ ਬਿਠਾ ਕੇ, ਜਿੰਨੀ ਸੁਸਤੀ ਪਵਾਈ ਆ, ਸਾਨੂੰ ਕੌਫੀ ਤਾਂ ਚਾਹੀਦੀ ਸੀ। ਹੁਣ ਮੈਂ ਨਹੀਂ ਪੀ ਰਹੀ, ਇਹ ਨਹੀਂ ਪੀ ਰਹੇ ਆਪਣੇ ਬਰਥਡੇ ਦਾ, ਸਾਨੂੰ ਪਲਾ ਵੀ ਨਹੀਂ ਰਹੇ। ਕੌਫੀ ਦੇਖ ਲਓ ਕਿੱਡੇ ਬੇਸ਼ਰਮ ਜਾਨ, ਸ਼ਰਮ ਹੋਣਾ ਪੈਂਦਾ ਵਾ। ਠੀਕ ਆ ਠੀਕ ਆ, ਗੱਲਾਂ ਹੋ ਗਈਆਂ ਹੁਣ, ਅਸੀਂ ਵਿੱਚੋਂ ਵਲੌਗ ਕੰਟੀਨਿਊ ਕਰਨਾ ਭੁੱਲ ਗਏ ਕਿਉਂਕਿ ਕਾਹਲੀ ਇੰਨੀ ਸੀ। ਜੱਸੂ ਜੀ ਗੱਡੀ ਚਲਾ ਰਹੇ ਸੀ, ਮੈਨੂੰ ਇਹ ਸੀ ਕਿ ਜੱਸੂ ਜੀ ਗੱਡੀ ਠੋਕ ਨਾ ਦੇਣ, ਆਪਾਂ ਸੋ ਰਹੇ ਸੀ, ਇਹ ਜਨਾਬ ਜੀ ਪਿੱਛੇ ਸੋ ਰਹੇ ਸੀਗੇ, ਪੂਰੇ ਚਿਲ ਮੋੜ ਚਿਲ ਮੋੜ। ਮੈਨੂੰ ਲੱਗਦਾ ਮੈਂ ਅੱਜ ਤੱਕ ਗੱਡੀ ਠੋਕੀ ਨਹੀਂ, ਉਹ ਭੁਲਾਵਾ ਭੁਲਾਵਾ ਮਜ਼ਾਕ ਕਰ ਰਹੀ ਹਾਂ। ਇਹ ਬਹੁਤ ਵਧੀਆ ਡਰਾਈਵਿੰਗ ਕਰਦੇ ਨੇ, ਸਿਰਾਤ ਕੋਕਾ ਜਿੰਨੀਆਂ ਮੈਂ ਗਾਲਾਂ ਸਿੱਖੀਆਂ ਡਰਾਈਵਿੰਗ ਦੇ ਟਾਈਮ ਇਹਨਾਂ ਤੋਂ ਸਿੱਖੀਆਂ ਆ। ਹਰ ਇੱਕ ਡਰਾਈਵਰ ਨੂੰ ਆਉਣੀਆਂ ਚਾਹੀਦੀਆਂ। ਚਲੋ ਮਿਲਦੇ ਹਾਂ, ਦੇਖਦੇ ਹਾਂ ਜਿੰਨੀ ਹਨੇਰੀ ਆਈ ਆ, ਕੁਛ ਕਰਾਂਗੇ ਇਹਨਾਂ ਦੇ ਬਰਥਡੇ 'ਤੇ ਕਿ ਨਹੀਂ ਕਰਾਂਗੇ। ਸਾਰਾ ਦਿਨ ਤਾਂ ਮੈਨੂੰ ਚਿਪਕਾਈ ਰੱਖਿਆ ਨਾਲ, ਕੀ ਕਰਾਂ ਮੈਂ, ਕੀ ਦੱਸੋ। 1:30 ਤੱਕ ਮੈਂ ਵੀ ਵੇਟ ਕੀਤੀ ਆ, ਪਰ ਮੈਂ ਕਿਹਾ ਸੀ ਉਦੋਂ ਤੁਸੀਂ ਕਿੰਨੇ ਟਾਈਮ, 2 ਘੰਟੇ ਵੇਟ ਕੀਤੀ ਆਪਾਂ 3 ਵਜੇ ਉੱਥੋਂ ਨਿਕਲੇ ਆ। ਹਾਂ 3 ਵਜੇ 3 ਵਜੇ ਉੱਥੇ ਪਹੁੰਚੇ ਆ, 3:15 ਵਜੇ, ਤੇ ਉੱਥੋਂ 7:15 ਨਿਕਲੇ ਆ। ਹਾਂ ਆਪਾਂ ਤੁਹਾਡੇ ਕੋਲ 1 ਵਜੇ ਪਹੁੰਚ ਗਏ ਸੀ, ਕੀ ਹੋ ਗਿਆ? ਸਿਰਫ 4 ਘੰਟੇ। ਚਲੋ ਠੀਕ ਆ ਗਾਈਸ, 9:30 ਜਿੰਨੀ ਘੰਟੇ ਤੁਸੀਂ ਵੇਟ ਕਰਾਈ ਉਨੀ ਵੇਟ ਕੀਤੀ ਯਾਰ। ਇਹ ਤਾਂ ਬੰਦਾ ਜਾਣ ਹੀ ਦੇ ਦਿੰਦਾ, ਬੰਦਾ ਸਮਾਨ ਸਮੂਨ ਲੈ ਲੈਂਦਾ। ਹੁਣ ਇਸਕੀ ਮੁਝੇ ਸਖਤ ਸਖਤ ਜ਼ਰੂਰਤ ਥੀ, ਜਿੰਨਾ ਇਹਨਾਂ ਨੇ ਇਹਨਾਂ ਦੇ ਬਰਥਡੇ ਕਰਕੇ ਅਸੀਂ 2 ਦਿਨ ਤੋਂ ਜਾਗ ਰਹੇ ਹਾਂ ਕਿ ਸਾਡੀ ਜੱਸੂ ਨੇ ਇਸ ਦੁਨੀਆਂ 'ਤੇ ਆਉਣਾ ਵਾ, ਇਸ ਦੁਨੀਆਂ 'ਤੇ ਬਹਾਰਾਂ ਆਉਣੀਆਂ ਆ। ਅਸੀਂ ਆਪਣੀ ਨੀਂਦ ਤਿਆਗ ਦਿੱਤੀ ਸੀ ਅਤੇ ਹੁਣ ਸਾਨੂੰ ਸਖਤ ਜ਼ਰੂਰਤ ਪੈ ਗਈ ਹੈ ਸਟਾਰਬਕਸ ਦੀ ਕੌਫੀ ਦੀ, ਕਿਉਂਕਿ ਹੁਣ ਅੱਗੇ ਜਾ ਕੇ ਫਿਰ ਸਾਨੂੰ ਕੰਮ ਕਰਨਾ ਪੈਣਾ ਆ ਇਹਨਾਂ ਦੇ ਬਰਥਡੇ ਦੀ ਸੈਲੀਬ੍ਰੇਸ਼ਨ ਦੀ, ਅਸਲੀ ਬਰਥਡੇ ਦੀ ਤਿਆਰੀ ਕਰਨੀ ਪੈਣੀ ਆ। ਇੱਧਰ ਜਨਾਬ ਜੀ ਵੀ ਕੌਫੀ ਪੀ ਰਹੇ ਨੇ, ਕਿਉਂਕਿ ਇਹ ਵੀ ਵਿਚਾਰੇ ਸਾਡੇ ਦੇ ਨਾਲ ਬਹੁਤ ਜ਼ਿਆਦਾ ਟਾਇਰਡ ਆ, ਹੋਰ ਅਸੀਂ ਪਲੈਨਿੰਗ ਵੀ ਕਰਨੀ ਆ ਹਨਾ। ਉੱਜੜਾ ਚਮਨ ਲੱਗ ਰਿਹਾ ਸੀ ਤੇ ਹੁਣ ਅਸੀਂ ਜੱਸ ਨੂੰ ਉਤਾਰਤਾ ਹੈ ਘਰੇ, ਅਸੀਂ ਉਹਨੂੰ ਕਿਹਾ ਕਿ ਤੂੰ ਰੈਸਟ ਕਰ ਕਿਉਂਕਿ ਹੁਣ ਅਸੀਂ ਇਹਦੇ ਬਰਥਡੇ ਦੀ ਕਰਨੀ ਆ ਤਿਆਰੀ।
ਤੇ ਹੁਣ ਅਸੀਂ ਸਮਾਨ ਲੱਭਣ ਚੱਲੇ, ਪਹਿਲਾਂ ਤੇਲ ਵੀ ਖਤਮ ਹੋ ਚੁੱਲਾ ਹੈ, ਚੁੱਲਾ ਕਹੀਏ ਨਹੀਂ, ਤੇਲ ਵੀ ਖਤਮ ਹੋ ਚੱਲਾ ਗੱਡੀ ਦੇ ਵਿੱਚ, 62 ਕਿਲੋਮੀਟਰ ਰਹਿ ਗਿਆ ਵਾ, ਤੇ ਪਹਿਲਾਂ ਆਪਾਂ ਪਵਾਉਂਦੇ ਹਾਂ ਤੇਲ ਪੈਟਰੋਲ, ਦੈਨ ਉਸ ਤੋਂ ਬਾਅਦ ਆਪਾਂ ਲੱਭਦੇ ਹਾਂ, ਚਲੋ ਲੈਟਾਂ ਹੋ ਗਈਆਂ, ਬਾਏ ਗਾਈਜ਼, ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਆਪਾਂ ਪਵਾਉਣਾ ਹੈ ਤੇਲ, ਇਹ ਕਿੱਥੇ ਭਰੀ ਆ ਮਸ਼ੀਨ ਦੇ ਨਾ, ਬੁਰਾ ਹਾਲ ਭਰਾਵਾ, ਗਰਮੀ ਬਹੁਤ ਆ। ਤੇ ਹੁਣ ਅਸੀਂ ਪਹੁੰਚ ਗਏ ਹਾਂ ਇੱਥੇ 88 ਵਾਲੀ ਮਾਰਕੀਟ ਦੇ ਕੋਲ, ਫਾਈਨਲੀ ਸਾਨੂੰ ਬੈਲੂਨ ਵਗੈਰਾ ਸਭ ਕੁਛ ਮਿਲ ਚੁੱਕਾ ਆ। ਤੇ ਹੈਲੋ, ਆ ਬੰਦਾ ਇਹਨੇ ਕੁਛ ਨਹੀਂ ਕੀਤਾ ਸਵੇਰ ਦਾ, ਹੈਲੋ ਤੁਸੀਂ ਮੈਨੂੰ ਛੱਡ ਕੇ ਚਲੇ ਗਏ, ਬਹੁਤ ਮਾੜੀ। ਤੇ ਹੁਣ ਅਸੀਂ ਆਪਣੀ ਡਿੱਗੀ ਤੋਂ ਸਾਰਾ ਸਮਾਨ ਚੱਕਾਂਗੇ ਪਹਿਲਾਂ ਤਾਂ, ਕਿਉਂਕਿ ਆਪਾਂ ਡਿੱਗੀ ਦੇ ਵਿੱਚ ਹੀ ਸਾਰਾ ਕੁਛ ਕਰਨਾ, ਤੇ ਮੈਂ ਪਹਿਲੀ ਵਾਰ ਕਿਸੇ ਲਈ ਡਿੱਗੀ ਦੇ ਵਿੱਚ ਲਾਈਕ ਡੈਕੋਰੇਸ਼ਨ ਕਰਨ ਵਾਲੀ ਹਾਂ, ਤੇ ਮੈਨੂੰ ਬਹੁਤ ਜ਼ਿਆਦਾ ਖਿੱਚ ਆ ਰਹੀ ਹੈ ਕਿਉਂਕਿ ਅੱਧਾ ਸਮਾਨ ਨਹੀਂ ਮਿਲਿਆ। ਚਲੋ ਠੀਕ ਆ ਗਾਈਜ਼, ਆਪਾਂ ਤੁਹਾਨੂੰ ਜਲਦੀ ਦਿਖਾਉਂਦੇ ਹਾਂ ਡੈਕੋਰੇਸ਼ਨ ਕਰਦੇ। 7 ਵਜੇ ਉੱਠਣਾ, 12 ਵਜੇ ਆ ਸਾਰੇ ਲੱਗੇ ਹੋਏ ਨੇ। ਆ ਇੱਧਰ ਤੁਸੀਂ ਕੀ ਕਰਨ ਲੱਗੇ ਹੋ? ਇਹ ਹੈਪੀ ਬਰਥਡੇ ਜੋੜਨ ਲੱਗੇ ਹੋਏ ਨੇ। ਉਹ ਬਾਬਾ ਵੈਕਿਊਮ ਆ ਪਿੱਛੇ ਉਹ ਖਿੱਚਦਾ ਆ ਉਹ। ਆ ਲੈ ਕਹਿੰਦੀ ਇਹਨਾਂ ਗੁਬਾਰੇ ਬੋਲਿਆ ਨੇ। ਆ ਵੀ ਕੋਈ ਲੱਛਣ ਆ ਹੀ ਨਹੀਂ ਗੁਬਾਰੇ ਫਰਾਉਣ ਨੂੰ। ਆ ਤੇ ਮਿੱਟੀ ਇਧਰੋਂ ਖਿੱਚਣੀ ਉਹਨੇ ਆਖ। ਮੈਂ ਨਹੀਂ ਉਹਨੇ ਤੇ ਮੇਰੀ ਗੱਲ ਸੁਣ, ਮਸ਼ੀਨ ਦਾ ਇੰਤਜ਼ਾਮ ਕਰੋ ਯਾਰ। ਮੈਂ ਰੁਕ, ਮੈਂ ਬਲਿੰਕਿਟ ਤੋਂ ਮੰਗਾਨੀ ਆਉਣੀ। ਗਿਰ ਰਿਹਾ ਵਾ ਫੋਨ। ਯਾਰ ਗੁਬਾਰੇ ਉੱਡ ਰਹੇ ਆ, ਇਹਨਾਂ ਨੂੰ ਅੱਗੇ ਅੱਗੇ ਰੱਖੋ। ਇਹ ਮੇਰੀ ਇੱਕ ਮਿਹਨਤ ਤੁਸੀਂ ਖਰਾਬ ਕਰਤੀ ਆ। ਉਹ ਵੇਖੋ ਹਾਏ, ਉਹ ਦੂਰ ਜਾ ਕੇ ਕੌਣ ਸਾਡੇ ਕੋਲ? ਓਏ ਗੁਬਾਰਾ ਕਿੱਥੇ ਗਿਆ? ਸਾਡੇ ਸਾਡੇ ਤੇ ਵਿਚਾਰੇ ਗੁਬਾਰੇ ਉੱਡੀ ਜਾਂਦੇ, ਪਤਾ ਨੀ ਕਿੱਥੇ ਜਾਂਦੇ ਪਏ। ਤੇ ਅਸੀਂ ਹੁਣ ਗੁਬਾਰੇ ਗਬੂਰੇ ਫਲਾ ਲਏ ਆ, ਤੇ ਗੁਬਾਰੇ ਆਪਾਂ ਰੱਖਦੇ ਅੱਗੇ, ਕਿਉਂਕਿ ਇੱਥੋਂ ਕਾਫੀ ਉੜ ਗਏ ਸੀ ਗੁਬਾਰੇ ਸਾਡੇ ਫਲਾਏ ਹੋਏ, ਸਾਡੀ ਮਿਹਨਤ। ਤੇ ਹੁਣ ਆਪਾਂ ਬੈਠੇ ਆ ਡਿੱਗੀ ਦੇ ਵਿੱਚ, ਆਪਾਂ ਕੀ ਲੱਭ ਰਹੇ ਹਾਂ? ਫੇਰੀ ਲਾਈਟਸ ਸਾਨੂੰ ਮਿਲ ਜਾਣ, ਪਰ ਮਿਲ ਹੀ ਨਹੀਂ ਰਹੀਆਂ ਯਾਰ। ਕੋਈ ਲੈਟਾਂ ਹੀ ਫੜਾ ਜਾਓ, ਪਾਈਏ ਸਟੋਰੀ, ਲਾਈਟਾਂ ਫੜਾ ਜਾਓ ਯਾਰ। ਕਿੰਨੀਆਂ ਆਣੀਆਂ ਫਿਰ ਤਾਂ ਲਾਈਟਾਂ, ਹਨਾ? ਹੁਣ ਸਾਡੀ ਪ੍ਰਕਿਰਿਆ ਥੋੜੀ ਜਿਹੀ ਇੱਥੋਂ ਤੱਕ ਪਹੁੰਚ ਗਈ ਆ ਕਿ ਆਪਾਂ ਹੈਪੀ ਬਰਥਡੇ ਏਦਾਂ ਲਿਖ ਦਿੱਤਾ ਆ, ਸਾਨੂੰ ਲਾਈਟਾਂ ਮਿਲੀਆਂ ਨਹੀਂ, ਲਾਈਟਾਂ ਉਹਨਾਂ ਨੇ ਕੈਂਸਲ ਕਰਤੀਆਂ, ਤਾਂ ਹੁਣ ਅਸੀਂ ਗੁਬਾਰੇ ਸ਼ਾਇਦ ਮਿਲ ਜਾਣ ਲਾਈਟਾਂ ਵਾਲੇ, ਤਾਂ ਉਹਨਾਂ ਦੇ ਲਾਈਟਾਂ ਕੱਢ ਕੇ ਆਪਾਂ ਇਹਦੇ ਵਿੱਚ ਲਾ ਦਾਂਗੇ। ਅਤੇ ਇੰਨਾ ਕੁ ਆਪਾਂ ਇਹਨੂੰ ਕਰ ਲਿਆ ਵਾ ਮਾੜਾ ਮੋਟਾ ਡੈਕੋਰੇਟ। ਅਤੇ ਇੱਧਰ ਆਹ ਕਵੀਨ ਵਾਲਾ ਜੋੜਨ ਡੇ, ਅਤੇ ਉਹ ਬੀਬੀ ਜੀ ਗੁਬਾਰੇ ਆਹ ਜੋੜਨ ਡੇ ਆ, ਅਤੇ ਮੈਂ ਇਹਨਾਂ ਨੂੰ ਗਾਈਡ ਕਰ ਰਹੀ ਹਾਂ ਜਿੱਦਾਂ ਕਿ ਮੈਂ ਪ੍ਰੀਤ ਆਉਣ ਵਾਲੇ ਟਾਈਮ 'ਚ ਮੈਂ ਕੀ ਕਹਿੰਦੇ ਹੁੰਦੇ ਉਹਨੂੰ, ਨਹੀਂ ਉਹ ਯਾਰ ਉਹ ਨਹੀਂ ਉਹ ਜਿਹੜੇ ਹੁੰਦੇ ਆ ਉਹ ਜਿਹੜੇ ਉਹ ਕਰਦੇ ਹੁੰਦੇ ਆ ਸਭ, ਹਾਂ ਪਲੈਨਰ, ਨਹੀਂ ਪਲੈਨਰ ਨਹੀਂ ਉਹ ਜਿਹੜੇ ਯਾਰ ਉਹ ਕਰਦੇ ਹੁੰਦੇ ਉਹ ਜਿਹੜੇ ਯਾਰ ਪੱਥਰਾਂ ਦਾ ਉਹ ਯਾਰ ਜਿਹੜੇ ਹੁੰਦੇ ਨੇ ਜਿਹੜੇ ਵਿਆਹ ਵਿਊ ਦੇ ਵਿੱਚ ਐਂਡ ਡੈਕੋਰੇਸ਼ਨ ਦਾ ਸਾਰਾ ਉਹ ਮੈਨੇਜ ਕਰਦੇ ਆ। ਓ ਯਾਰ ਟਗੋਰ ਮੈਨ ਬੰਨਾ ਤੁਸੀਂ? ਡਿਕੋਰ ਵੂਮਨ ਬਣੂਗੀ ਮੈਂ।
ਯਾਰ ਮੈਂ ਕੀ ਕਰਾਂ ਹੁਣ, ਇੰਨਾ ਕੁ ਸਜਾਤਾ ਹੀ ਉਹ। ਆਓ ਆਓ, ਦਿਸ ਇਜ਼ ਕਵੀਨ। ਮੈਂ ਨਹੀਂ ਕਵੀਨ, ਤੁਹਾਡੇ ਚਮਕੀਲੀ। ਲਓ ਬਣ ਗਿਆ ਨਾ, ਹੋ ਗਿਆ ਨਾ, ਦੇਖੋ ਕਿਰ ਚ ਤੂੰ ਸਭ ਕਰ ਸਕਦਾ। ਕਿਰ ਚ ਮੇਰੀ ਫੋਟੋ ਖਿੱਚ ਦੇ ਇੱਧਰ, ਫੋਟੋ ਸ਼ੂਟ ਠੀਕ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਜੱਸੂ, ਹੈਪੀ ਬਰਥਡੇ ਟੂ ਯੂ। ਓ ਮਾਈ ਗੋਡ, ਕਿਤਨਾ ਅੱਸਾ ਤੇਜ ਹੈ। ਬਹੁਤ 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 ਧੰਨਵਾਦ। ਅਤੇ ਹੁਣੀ ਅਸੀਂ ਇਹ ਹੈਗਾ ਨੈਕਸਟ ਡੇ, ਮਤਲਬ ਜਿੱਦਣ ਜੱਸ ਦਾ ਬਰਥਡੇ ਆ, ਅਤੇ ਅੱਜ ਸਵੇਰ ਦੀ ਜੱਸ ਬਿਜ਼ੀ ਸੀ ਅਤੇ ਅਸੀਂ ਵੀ ਥੋੜ੍ਹਾ ਬਿਜ਼ੀ ਸੀਗੇ, ਅਤੇ ਹੁਣੀ ਆਪਾਂ CPIC ਉਹਦੇ ਲਈ ਗਿਫਟ ਵਗੈਰਾ ਲਏ ਆ, ਅਤੇ ਕਿਰਚ ਨੂੰ ਵੀ ਅੱਜ ਕਿਰਚ ਦਾ ਗਿਫਟ ਮਿਲ ਚੁੱਕਾ। ਕਿਰਚ ਕੀ ਗਿਫਟ ਮਿਲਿਆ ਤੈਨੂੰ? ਮੈਨੂੰ ਮਿਲੇ ਨੇ ਐਡੀਡਾਸ ਦੇ ਸਲੀਪਰਸ। ਯੈਸ, ਇਹਨੂੰ ਨੀਡ ਸੀ, ਸੋ ਮੈਂ ਕਿਹਾ ਚਲੋ ਹੀ ਠੀਕ ਆ। ਅਤੇ ਆਪਾਂ ਜੱਸ ਲਈ ਮੈਂ ਲਿਆ ਬਾਥ ਐਂਡ ਬੋਡੀ ਤੋਂ ਗਿਫਟ ਲਿਆ ਆ, ਕਿਉਂਕਿ ਮੈਨੂੰ ਹੋਰ ਕੁਛ ਸਮਝ ਨਹੀਂ ਲੱਗੀ, ਕਿਉਂਕਿ ਉਹਦੇ ਕੱਪੜਿਆਂ ਦਾ ਸਟਾਈਲ ਕੁਛ ਅਲੱਗ ਆ, ਸੋ ਮੈਂ ਕੁਛ ਵੀ ਇੱਦਾਂ ਦੇ ਦਿੰਦੀ ਤਾਂ ਇੱਦਾਂ ਉਹਨੂੰ ਨਾ ਵਧੀਆ ਲੱਗਦਾ, ਫਿਰ ਮੁੜ ਕੇ ਚੇਂਜ ਕਰਾਉਂਦੇ ਫਿਰ ਉਹ ਫੀਲ ਮਰ ਜਾਂਦਾ ਗਿਫਟ ਦਾ। ਸੋ ਮੈਂ ਆਪਣੇ ਵੱਲੋਂ ਬਾਥ ਐਂਡ ਬੋਡੀ ਦਾ ਇੱਕ ਬਹੁਤ ਹੀ ਵਧੀਆ ਜਿਹਾ ਪੈਕੇਜ ਬਣਵਾਇਆ ਵਾ ਉਹਦੇ ਲਈ। ਐਂਡ ਕਿਰਚ ਨੇ ਕੀ ਲਿਆ? ਕਿਰਚ ਨੇ ਮੁੰਡੇ ਹਮੇਸ਼ਾ ਡੈਕੋਰੇਸ਼ਨ ਦਾ ਸਮਾਨ ਹੀ ਦਿੰਦੇ, ਕਿਉਂ ਕਿਰਚ? ਕਿਰਚ ਹੁਣ ਦੇਖ ਚਾਨਣਾ, ਹੁਣ ਠੀਕ ਆ। ਤੇ ਹੋਰ ਆਪਾਂ ਗਗਨ ਵੱਲੋਂ ਲਿਆ ਵਾ ਵਾਚ, ਤੇ ਇੱਕ ਹੋਰ ਇਨਸਾਨ ਵੱਲੋਂ ਆਪਾਂ ਗਿਫਟ ਲਿਆ ਵਾ ਲੈਂਪ। ਲੈਂਪ ਵੀ ਉਹਦੇ ਰੂਮ 'ਚ ਹੈ ਨਹੀਂ ਸੀਗਾ, ਮੈਂ ਕਿਹਾ ਫਿਰ ਆਪਾਂ ਨੂੰ ਲੈਂਪ ਵੀ ਗਿਫਟ ਕਰ ਸਕਦੇ, ਮਤਲਬ ਸਾਰੀਆਂ ਯੂਜ਼ਫੁਲ ਚੀਜ਼ਾਂ ਉਹਦੇ ਲਈ ਲਈਆਂ ਨੇ, ਕੁਛ ਇੱਦਾਂ ਨਹੀਂ ਲਿਆ ਹੈਗਾ। ਅਤੇ ਹੁਣ ਜਾ ਕੇ ਆਪਾਂ ਉਹਦਾ ਰਿਐਕਸ਼ਨ ਦੇਖਦੇ ਹਾਂ। ਉਹਨੂੰ ਮੈਂ ਦੱਸਿਆ ਤਾਂ ਹੈ ਕਿ ਤੁਹਾਡੇ ਲਈ ਗਿਫਟ ਲਏ ਆ, ਬਾਕੀ ਆਪਾਂ ਹੁਣ ਜਾ ਕੇ ਘਰ ਉਹਨਾਂ ਨੂੰ ਮਿਲਦੇ ਹਾਂ, ਐਂਡ ਅੱਜ ਉਹਨਾਂ ਦੀ ਗਿਫਟ ਓਪਨਿੰਗ ਵਗੈਰਾ ਘਰ ਕਰਾਉਂਦੇ ਹਾਂ। ਬਾਏ ਬਾਏ। ਹੈਲੋ ਗਾਈਜ਼, ਅਤੇ ਆਪਾਂ ਹੁਣ ਦੇਣ ਲੱਗੇ ਹਾਂ ਜੱਸ ਜੀ ਨੂੰ ਗਿਫਟ। ਇਹ ਪਹਿਲਾਂ ਮੇਰੇ ਵੱਲੋਂ, ਮੈਨੂੰ ਹੋਰ ਕੁਛ ਨਹੀਂ ਸਮਝ ਆਇਆ। ਥੈਂਕ ਯੂ। ਖੋਲੋ ਉਹਨੂੰ। ਅੱਛਾ, ਨਾਲ ਨਾਲ ਖੋਲਣਾ ਨਹੀਂ ਹੁੰਦਾ। ਹੋਰ ਤਾਂ ਮੈਂ ਕਿਹਾ ਐਕਚੁਅਲੀ ਮੇਰਾ ਬਰਥਡੇ ਇੰਨਾ ਸਪੈਸ਼ਲ, ਸਾਰਿਆਂ ਨੇ ਮੇਰੇ ਚਾਹਣ ਵਾਲੇ ਨੇ, ਮੇਰੇ ਦਿਲ ਦੇ ਕਰੀਬ ਦਾ, ਸਾਰਿਆਂ ਨੇ ਬਹੁਤ ਵਧੀਆ ਨਾ, ਪਰ ਮੈਂ ਥੋੜੀ ਜਿਹੀ ਗਲਤ ਹਰਕਤ ਕਰਤੀ, ਪਰ ਮੈਂ ਅੱਗੇ ਕੋਈ ਗੱਲ ਨਹੀਂ, ਮਾਫ ਕੀਤਾ। ਇਹ ਖੁੱਲਦਾ ਕਿੱਦਾਂ ਹੁੰਦਾ? ਇਹ ਤਾਂ ਮੈਨੂੰ ਵੀ ਨਹੀਂ ਪਤਾ। ਨਹੀਂ ਇਹ ਤਾਂ ਖੁੱਲਦਾ ਭਰਾਵਾ, ਖੁੱਲਦਾ ਕਿੱਦਾਂ? ਗਾਣ ਨੂੰ ਹੋਈਆ ਬੜੇ ਸੱਜਣ ਪਿਆਰੇ ਮਿੱਤਰ ਵੱਲੋਂ ਅਸੀਂ ਨਾ ਹੀ ਲੈ ਸਕਦੇ, ਬਸ ਇੰਨਾ ਕਹਿ ਸਕਦੇ ਨੇ ਤੇ ਕੁੱਤੇ ਵਾਲੀ ਐਡੀ ਜਵਾਨ ਲੱਗੀ ਹੋਈ ਆ। ਮੈਂ ਤਾਂ ਸਾਂਭ ਕੇ ਰੱਖ ਦਿੰਦੀ ਪਹਿਲੇ ਟਾਈਮਾਂ 'ਚ ਗਿਫਟ ਦੇ ਰੈਪਰ, ਬਹੁਤ ਸਾਂਭੇ ਮੈਂ ਵੀ, ਪਰ ਮੈਨੂੰ ਇੰਨੇ ਮਿਲੇ ਨਹੀਂ ਗਿਫਟ। ਕੋਈ ਨਾ, ਮੇਰਾ ਬਰਥਡੇ ਆ, ਕੈਂਚੀ ਲਿਆਓ ਯਾਰ, ਐ ਔਖਾ ਹੋ ਜਾਂਦਾ। ਕੋਈ ਨਹੀਂ, ਉਹਨੇ ਐਕਸਾਈਟਮੈਂਟ ਪਤਾ ਲੱਗਦੀ ਨਾ। ਨਹੀਂ ਬੋਲੋ, ਪੁੱਠਾ ਖੋਲਿਆ, ਚਲੋ ਕੋਈ ਨਹੀਂ, ਪਰ ਇਹਦੇ 'ਚ ਇੱਕ ਚੀਜ਼ ਆ। ਓ ਵਾਓ, ਬਹੁਤ ਬਹੁਤ ਧੰਨਵਾਦ ਸੱਜਣ ਪਿਆਰੇ ਮਿੱਤਰ, ਜਿਹਨਾਂ ਦਾ ਅਸੀਂ ਨਾਂ ਨਹੀਂ ਲੈ ਸਕਦੇ,
ਬਹੁਤ ਸੋਹਣੀ ਚੀਜ਼ ਆ ਤੇ ਮੇਰੇ ਮੇਰੇ ਕੋਲ ਹੈ ਵੀ ਨਹੀਂ ਸੀ ਜਰੂਰੀ ਸੀ ਨਾ ਨਾਲ ਗਿਫਟ ਲੈਣਾ ਜ਼ਿੰਦਗੀ ਚ ਪਹਿਲੀ ਵਾਰੀ ਇਹਨੇ ਗਿਫਟ ਮਿਲੇ ਤੇ ਤੁਸੀਂ ਵੀ ਇੱਥੇ ਯਾਰ ਦੋਸਤ ਬਣਾਓ ਜਿਹੜੇ ਤੁਹਾਨੂੰ ਸੋਹਣੇ ਸੋਹਣੇ ਗਿਫਟ ਦਿਆ ਕਰਨ ਹੋਰ ਇਹੋ ਜਿਹੇ ਯਾਰ ਦੋਸਤ ਗਿਫਟ ਦਿੱਤਾ ਥੈਂਕ ਯੂ ਸੋ ਮਚ ਜੀ ਬੜੀ ਵੱਡੀ ਕਸੂੜੀ ਪੈ ਗਈ ਚਲੋ ਕੋਈ ਨੀ ਸਸਤੀਆਂ ਚੀਜ਼ਾਂ ਲੈ ਲਿਓ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਨ੍ਹਾਂ ਨੇ ਮਤਲਬ ਮੇਰੇ ਬਰਥਡੇ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਮੈਨੂੰ ਸੋਹਣੀਆਂ ਸੋਹਣੀਆਂ ਵਿਸ਼ਿਸ਼ ਦਿੱਤੀਆਂ ਵਿਸ਼ਿਸ਼ ਕੀਤੀਆਂ ਵੀ ਦਿੱਤੀਆਂ ਬਹੁਤ ਬਹੁਤ ਧੰਨਵਾਦ ਮੇਰਾ ਰਹਿ ਗਿਆ ਯਾਰ ਮੈਂ ਗਈ ਹੋਈ ਨੀ ਕਿਤੇ ਖਾਲੀ ਲਿਫਾਫਾ ਦੇਣ ਦਿਆ ਕਹਿੰਦਾ ਭਰ ਲੋ ਇਹ ਭਰ ਕੇ ਘਰ ਲੈ ਕੇ ਜਾਵਾਂਗੇ ਇਹਨੂੰ ਇਹਨੂੰ ਪ੍ਰੈਂਕ ਦਾ ਹੈਗਾ ਨਾ ਸ਼ੌਂਕ ਪ੍ਰੈਂਕ ਕਰ ਰਿਹਾ ਹੈ ਅੱਛਾ ਪ੍ਰੈਂਕ ਠੀਕ ਆ ਗਾਈ ਅੱਜ ਦਾ ਵਲੌਗ ਸਾਡਾ ਇੱਥੇ ਖਤਮ ਹੁੰਦਾ ਜਲਦੀ ਦਾ ਬਰਥਡੇ ਆਪਾਂ ਮਨਾ ਚੁੱਕੇ ਹੁਣ ਉਹਨਾਂ ਤੋਂ ਪਾਰਟੀ ਰਹਿ ਗਈ ਆ ਉਹ ਵੀ ਆਪਾਂ ਦਿਖਾਵਾਂਗੇ ਵਿੱਚ ਹਲੇ ਆਪਾਂ ਇਹਨਾਂ ਤੋਂ ਖਾਵਾ ਖਾਣ ਲਈ ਮੰਗਾਈਏ ਕੁਛ ਯਾਰ ਦੇਖੋ ਦੱਸ ਜੀ ਨੇ ਸਾਨੂੰ ਕਿਹਾ ਸੀ ਇਹਦੇ ਵਿੱਚੋਂ ਲਾ ਕੇ ਜਾਣਾ ਪੈਣਾ ਇਹਨਾਂ ਨੂੰ ਬੱਲਬ ਪਰ ਅਸੀਂ ਬੱਲਬ ਲਾਉਣ ਦੀ ਕੋਸ਼ਿਸ਼ ਕੀਤੀ ਬੱਲਬ ਇਹ ਹੈਗਾ ਵੱਡਾ ਉਹਦੇ ਲਈ ਚਾਹੀਦਾ ਸਾਨੂੰ ਛੋਟਾ ਬੱਲਬ ਆਪਾਂ ਪਹਿਲਾਂ ਹੀ ਕਲੀਅਰ ਕਰ ਰਹੇ ਹਾਂ ਨਾ ਹੋਵੇ ਕਿ ਜੱਜ ਜੀ ਕਹਿਣ ਕਿ ਸਾਨੂੰ ਬੱਲਬ ਨਹੀਂ ਦਿੱਤਾ ਇਹਨਾਂ ਨੇ ਥੈਂਕ ਯੂ